ਤੁਸੀਂ ਮਿੰਨੀ ਕਰ ਸਕਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਤੁਹਾਡੇ ਪਰਮਾਨੈਂਟ ਪਰਮਿਟ ਅਤੇ ਸਵਾਰੀਆਂ ਜਿਵੇਂ ਸਰਕਾਰੀ ਬੱਸਾਂ ਦੇ ਵਿੱਚ ਇਕੱਲੀ ਜਿਹੜੀ ਸਰਕਾਰ ਵੱਲੋਂ ਕੀਤੀਆਂ ਗਈਆਂ, ਹਾਂਜੀ, ਉਹਦੇ ਨਾਲ ਤੁਹਾਨੂੰ ਕੀ ਨੁਕਸਾਨ ਹੋਵੇ? ਮੈਂ ਗੁਰਦੀਪ ਸਿੰਘ ਪ੍ਰਧਾਨ, ਮਿੰਨੀ ਬੱਸ ਯੂਨੀਅਨ ਜੀਰਾ। ਸਾਡਾ ਜੀ ਕੱਲ੍ਹ ਨੂੰ 9 ਤਰੀਕ ਨੂੰ ਪਟਿਆਲੇ ਪਰਮਿਟ ਜਿਹੜੇ ਸਾਡੇ ਕੈਂਸਲ ਕੀਤੇ ਗਏ ਆ ਜੀ ਮਿੰਨੀ ਬੱਸਾਂ ਦੇ, ਉਹਦੇ ਖਿਲਾਫ਼ ਰੋਸ ਮੁਜ਼ਾਹਰਾ ਜੀ ਕੱਲ੍ਹ 9 ਤਰੀਕ ਨੂੰ ਪਟਿਆਲੇ, ਜਿਹਦੇ ਵਿੱਚ ਕੈਪਟਨ ਸਰਕਾਰ ਨੇ ਮਤਲਬ ਰੋਜ਼ਗਾਰ ਨਵਾਂ ਦੇਣ ਦੇ ਨਾਂ 'ਤੇ ਪੁਰਾਣੇ ਜਿਹੜੇ ਪਹਿਲੇ ਪਰਮਿਟ ਸੀਗੇ ਸਾਡੇ ਮਿੰਨੀ ਬੱਸਾਂ ਦੇ ਉਹ ਕੈਂਸਲ ਕਰ ਦਿੱਤੇ ਗਏ ਨੇ, ਜਿਹੜੇ ਕਿ ਨਵਾਂ ਰੋਜ਼ਗਾਰ ਦੇਣ ਦੇ ਨਾਂ 'ਤੇ ਨਵੇਂ ਪਰਮਿਟ ਦਿੱਤੇ ਗਏ ਨੇ। ਪੁਰਾਣਿਆਂ ਨੂੰ ਬੇਰੁਜ਼ਗਾਰ ਕਰਤਾ ਜੀ, ਉਹਨਾਂ ਨੂੰ ਤਾਂ ਕੈਂਸਲ ਕਰਤਾ, ਅਤੇ ਨਵੇਂ ਪਰਮਿਟ ਦੇ ਰਹੇ ਨੇ ਕਿ ਇਹ ਰੁਜ਼ਗਾਰ ਦੇ ਰਹੇ ਆ, ਜਿਹੜਾ ਕਿ ਰੁਜ਼ਗਾਰ ਦਿੱਤਾ ਨਹੀਂ, ਇਹ ਬੇਰੁਜ਼ਗਾਰੀ ਵੱਧ ਰਹੀ। ਸਗੋਂ ਸਾਡੀਆਂ ਗੱਡੀਆਂ ਖੁੰਝੇ ਲੱਗ ਗਈਆਂ ਜੀ, ਪਰਮਿਟ ਕੈਂਸਲ ਕਰ ਦਿੱਤੇ ਗਏ ਨੇ, ਨਾ ਹੀ ਪਰਮਿਟ ਕੋਈ ਨਿਊ ਹੋ ਰਿਹਾ। ਬੱਸਾਂ ਸਾਡੀਆਂ ਖੜੀਆਂ ਹੋਈਆਂ ਨੇ ਜੀ, ਉਹਦੇ ਮਤਲਬ ਵਿਰੁੱਧ ਅਸੀਂ ਕੱਲ੍ਹ ਨੂੰ ਪਟਿਆਲੇ ਇੱਕ ਬੱਸ ਫੂਕ ਮੁਜ਼ਾਹਰਾ ਕਰ ਰਹੇ ਹਾਂ ਜੀ, ਇੱਕ ਮਿੰਨੀ ਬੱਸ ਫੂਕਣ ਜਾ ਰਹੇ ਪਟਿਆਲੇ। ਆਲ ਪੰਜਾਬ ਮਿੰਨੀ ਬੱਸ ਯੂਨੀਅਨ ਵੱਲੋਂ ਕੱਲ੍ਹ ਨੂੰ ਪਟਿਆਲੇ ਦੇ ਵਿੱਚ ਇੱਕ ਬੱਸ ਫੂਕੀ ਜਾ ਰਹੀ ਹੈ ਜੀ, ਅਸੀਂ ਉਸ ਯੂਨੀਅਨ ਦਾ ਪੂਰਾ ਸਹਿਯੋਗ ਦਿੰਦੇ ਹਾਂ ਜੀ, ਅਸੀਂ ਕੱਲ੍ਹ ਨੂੰ ਪੂਰਨ ਤੌਰ 'ਤੇ ਉਹਨਾਂ ਦੇ ਨਾਲ ਸਾਥ ਦੇਵਾਂਗੇ। ਪਟਿਆਲੇ ਦੇ ਵਿੱਚ ਜਾ ਕੇ ਰੋਸ ਮੁਜ਼ਾਹਰਾ ਕੀਤਾ ਜਾਏਗਾ, ਇੱਕ ਬੱਸ ਫੂਕੀ ਜਾਏਗੀ, ਜਿਹਦਾ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੀ। ਕੈਪਟਨ ਸਰਕਾਰ ਨੇ ਇੱਕ ਤਾਂ ਪਹਿਲਾਂ ਹੀ ਸਾਡੇ 'ਤੇ ਮਾਰ ਪਈ ਹੋਈ ਸੀ, ਬੱਸਾਂ ਦੇ ਪਰਮਿਟ ਕੈਂਸਲ ਸੀ, ਨਵੀਂ ਮਾਰ ਹੋਰ ਪਾਤੀ ਹੈ ਜੀ ਸਵਾਰੀਆਂ ਫਰੀ ਕਰਕੇ। ਇਹ ਜਿਹੜੀਆਂ ਸਵਾਰੀਆਂ ਫਰੀ ਕੀਤੀਆਂ ਇਹਦਾ ਵੀ ਅਸਰ ਬਹੁਤ ਪਿਆ ਜੀ ਸਾਡੇ 'ਤੇ, ਸਾਡੀਆਂ ਬੱਸਾਂ ਖਾਲੀ ਬਿਲਕੁਲ, ਸਵਾਰੀ ਰੋਡਵੇਜ਼ 'ਤੇ ਜਾ ਰਹੀ ਹੈ ਜੀ, ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਸਾਨੂੰ, ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੇ ਪੁਰਾਣੇ ਪਰਮਿਟ ਰਿਨਿਊ ਕੀਤੇ ਜਾਣ, ਨਵੇਂ ਪਰਮਿਟਾਂ ਦੀ ਸਾਨੂੰ ਕੋਈ ਲੋੜ ਨਹੀਂ ਹੈ, ਨਾ ਹੀ ਅਸੀਂ ਨਵੇਂ ਪਰਮਿਟ ਚਾਹੁੰਦੇ ਹਾਂ ਜੀ। ਸਾਨੂੰ ਪੁਰਾਣੇ ਪਰਮਿਟ ਸਾਡੇ ਨਿਊ ਕਰ ਦਿੱਤੇ ਜਾਣ, ਅਤੇ ਅਸੀਂ ਆਪਦਾ ਜਿਹੜੇ ਬੇਰੁਜ਼ਗਾਰ ਹੋਏ ਆ ਸਾਡੇ ਬੰਦੇ, ਅਤੇ ਔਰ ਮਾਲਕ ਡਰਾਈਵਰ ਕੰਡਕਟਰ ਕਿੰਨੇ ਬੰਦੇ ਜੁੜੇ ਆ ਜੀ ਮਿੰਨੀ ਬੱਸ ਨਾਲ, ਸਾਰੇ ਬੇਰੁਜ਼ਗਾਰ ਹੋ ਚੁੱਕੇ ਆ ਜੀ, ਉਹਨਾਂ ਦੀ ਰੋਟੀ ਪੱਕਦੀ ਹੋ ਜਾਏਗੀ। ਜਿੰਨੇ ਵੀ ਬੰਦੇ ਸਾਰੇ ਭੁੱਖਮਰੀ ਦਾ ਸ਼ਿਕਾਰ ਹੋਣ ਜਾ ਰਹੇ ਨੇ, ਸਾਰੇ ਘਰ ਬੈਠੇ ਆ ਜੀ, ਉਹਨਾਂ ਨੂੰ ਰੋਟੀ ਦਾ ਲਾਲਾ ਪਿਆ ਹੋਇਆ, ਅਤੇ ਸਰਕਾਰ ਅੱਗੇ ਬੇਨਤੀ ਆ ਕਿ ਇਹਨੂੰ ਮਤਲਬ ਬਹਾਲ ਕੀਤਾ ਜਾਵੇ, ਸਾਡੇ ਪਰਮਿਟ ਬਹਾਲ ਕਰ ਦਿੱਤੇ ਜਾਣ, ਇਹੀ ਦਰਖਾਸਤ ਕਰਦੇ ਹਾਂ ਸਰਕਾਰ ਨੂੰ।